नमस्कार दर्शकों मेरा नाम है डॉक्टर श्रीधर और मैं पिछले संतालीस सालों तो आयुर्वेद पद्धति के द्वारा सैक्स प्रॉब्लम रिलेटेड पेशेंट का बड़ी कामयाबी बिना किसी साइड इफेक्टो ट्रीटमेंट करता आ रहा अज जिस समस्या के बारे में थोड़े तो ना करनी चाहना ਉਹ ਮੈਂ ਬਹੁਤ ਸਾਲਾਂ ਤੋਂ ਫੇਸ ਕਰਦਾ ਆ ਰਿਹਾ ਹਾਂ ਉਹ ਸਮੱਸਿਆ ਇਹ ਹੈ ਕਿ ਮੇਰੇ ਕੋਲ ਜਿਹੜੇ ਮਰੀਜ਼ ਸੈਕਸ ਪ੍ਰੋਬਲਮ ਨਾਲ ਰਿਲੇਟਡ ਬਿਮਾਰੀਆਂ ਦਾ ਇਲਾਜ ਕਰਾਣ ਲਈ ਆਉਂਦੇ ਹਨ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਗਲਤ ਧਾਰਨਾ ਹੁੰਦੀ ਹੈ ਕਿ ਅਗਰ ਸਰੀਰ ਦੇ ਕਿਸੇ ਵੀ ਅੰਗ ਜਿਦਾ ਦਿਲ ਦਿਮਾਗ ਗੁਰਦੇ ਫੇਫੜੇ ਲੀਵਰ ਜਾਂ ਸਰੀਰ ਦੇ ਕਿਸੇ ਵੀ ਅੰਗ ਨੂੰ ਕੋਈ ਵੱਡੀ ਤੋਂ ਵੱਡੀ ਬਿਮਾਰੀ ਵੀ ਹੋ ਸਕਦੇ ਹੋ ਜਾਵੇ ਤਾਂ ਉਹ ਠੀਕ ਹੋ ਸਕਦੀ ਹੈ ਮਗਰ ਅਗਰ ਕਿਸੇ ਨੂੰ ਸੈਕਸ ਦੇ ਨਾਲ ਕੋਈ ਰਿਲੇਟਡ ਪ੍ਰੋਬਲਮ ਹੋ ਜਾਂਦੀ ਹੈ ਉਸ ਦਾ ਇਲਾਜ ਸ਼ਾਇਦ ਅਸੰਭਵ ਹੈ ਨਾ ਮੁਮਕਨ ਹੈ ਸ਼ਾਇਦ ਹੋ ਹੀ ਨਹੀਂ ਸਕਦਾ ਜਾਂ ਫਿਰ ਇਹ ਜਿਹੜਾ ਇਲਾਜ ਹੈ ਕਿਸੇ ਖਾਨਦਾਨੀ ਵੈਦ ਹਕੀਮ ਜਾਂ ਜਿਹੜੇ ਡਾਕਟਰ ਹੈਗੇ ਇਹਨਾਂ ਕੋਲੋਂ ਵੀ ਹੋ ਸਕਦਾ ਹੈ ਇਹ ਗੱਲ ਬਿਲਕੁਲ ਨਹੀਂ ਹੈ ਅਗਰ ਕਿਸੇ ਨੂੰ ਕੋਈ ਤਕਲੀਫ ਹੁੰਦੀ ਹੈ ਦਿਲ ਦਿਮਾਗ ਉੜਦੇ ਫੇਫੜੇ ਜਾਂ ਕਿਸੇ ਹੋਰ ਅੰਗ ਦੀ ਤਕਲੀਫ ਹੁੰਦੀ ਹੈ ਜਿਸ ਤਰ੍ਹਾਂ ਉਸ ਦਾ ਇਲਾਜ ਜੜਾ ਬੜੀ ਕਾਮਯਾਬੀ ਨਾਲ ਅਤੇ ਬਿਨਾ ਕਿਸੇ ਤਕਲੀਫ ਬਿਨਾ ਕਿਸੇ ਸਾਈਡ ਇਫੈਕਟ ਤੋਂ ਕੀਤਾ ਜਾ ਸਕਦਾ ਹੈ ਤੇ ਇਹਨਾਂ ਬਿਮਾਰੀਆਂ ਦਾ ਇਲਾਜ ਜਿਹੜੀਆਂ ਸੈਕਸ ਨਾਲ ਰਿਲੇਟਡ ਬਿਮਾਰੀਆਂ ਇਹਨਾਂ ਦਾ ਇਲਾਜ ਬਹੁਤ ਆਸਾਨੀ ਨਾਲ ਤੇ ਬੜੀ ਕਾਮਯਾਬੀ ਨਾਲ ਕੀਤਾ ਜਾ ਸਕਦਾ ਹੈ ਅੱਜ ਕੱਲ ਇੱਕ ਸਿਰਫ ਏਡਜ਼ ਨੂੰ ਛੱਡ ਕੇ ਬਾਕੀ ਸੈਕਸ ਦੇ ਨਾਲ ਰਿਲੇਟਡ ਜਿੰਨੀਆਂ ਵੀ ਪ੍ਰੋਬਲਮਸ ਹੈਗੀਆਂ ਇਹਨਾਂ ਦਾ ਇਲਾਜ ਬਹੁਤ ਹੀ ਕਾਮਯਾਬੀ ਨਾਲ ਔਰ ਬਿਨਾ ਕਿਸੇ ਸਾਈਡ ਇਫੈਕਟ ਤੋਂ ਕੀਤਾ ਜਾ ਸਕਦਾ ਹੈ ਦੂਸਰੀ ਗੱਲ ਇਹ ਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੂੰ ਜਰੂ ਸੈਕਸ ਨਾਲ ਰਿਲੇਟਡ ਪ੍ਰੋਬਲਮ ਹੁੰਦੀ ਆ ਤੇ ਉਹ ਕਿਸੇ ਕੁਆਲੀਫਾਈਡ ਵੈਦ ਹਕੀਮ ਜਾਂ ਡਾਕਟਰ ਕੋਲ ਜਾਣ ਦੀ بجائے ਜਾਂ ਤਾਂ ਇਨ ਖਾਨਦਾਨੀ ਨੀਮ ਹਕੀਮਾਂ ਕੋਲ ਜਾਂਦੇ ਆ ਜਾਂ ਫਿਰ ਆਪਣੇ ਪਾਰਟਨਰ ਦੇ ਕੋਲੋਂ ਰੋਜ਼ ਸ਼ਰਮਿੰਦਾ ਹੋਣਾ ਜਾਂ ਉਹਦੇ ਕੋਲੋਂ ਰੋਜ਼ ਬਹਾਨੇ ਬਣਾਉਣ ਦੇ ਜ਼ਿਆਦਾ ਬਿਹਤਰ ਸਮਝਦੇ ਆ ਇਸ ਕਰਕੇ ਅਗਰ ਤੁਹਾਨੂੰ ਕੋਈ ਸੈਕਸ ਨਾਲ ਰਿਲੇਟਡ ਪ੍ਰੋਬਲਮ ਹੈ ਤੇ ਤੁਸੀਂ ਕਿਸੇ ਆਪਣੇ ਨਜ਼ਦੀਕੀ ਕੁਆਲੀਫਾਈਡ ਵੈਦ ਹਕੀਮ ਜਾਂ ਡਾਕਟਰ ਨੂੰ ਮਿਲੋ ਅਤੇ ਉਸ ਨਾਲ ਪੂਰਾ ਡਿਸਕਸ ਕਰੋ ਉਹ ਅਗਰ ਕੋਈ ਟੈਸਟ ਦੀ ਜ਼ਰੂਰਤ ਹੈ ਤਾਂ ਟੈਸਟ ਕਰਵਾਇਆ ਜਾ ਸਕਦੇ ਆ ਅਗਰ ਟੈਸਟ ਦੀ ਜ਼ਰੂਰਤ ਨਹੀਂ ਹੈ ਤੇ ਉਸ ਚੀਜ਼ ਨੂੰ ਡਾਇਗਨੋਸ ਕਰਕੇ ਉਸ ਦਾ ਟਰੀਟਮੈਂਟ ਬੜੀ ਆਸਾਨੀ ਨਾਲ ਆਯੁਰਵੈਦ ਪદ્ધਤੀ ਦੇ ਨਾਲ ਜੜੀ ਬੂਟੀਆਂ ਦੇ ਨਾਲ ਜਾਂ ਐਸੀ ਹਰਬਜ਼ ਦੇ ਨਾਲ ਕੀਤਾ ਜਾ ਸਕਦਾ ਜਿਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਸੋ ਇਸ ਕਰਕੇ ਇੱਥੇ ਟੋ ਟੇਕ ਹੋਮ ਮੈਸੇਜ ਇਹ ਆ ਕਿ ਅਗਰ ਤੁਹਾਨੂੰ ਕੋਈ ਸੈਕਸ ਨਾਲ ਰਿਲੇਟਡ ਪ੍ਰੋਬਲਮ ਹੈ ਤੇ ਤੁਹਾਨੂੰ ਬਜਾਏ ਇਹਨਾਂ ਨੀਮਕੀਮਾ ਕੋਲ ਜਾਂ ਇਹ ਖਾਨਦਾਨੀ ਵੈਦ ਹਕੀਮਾ ਕੋ ਜਾਣ ਦੀ بجائے ਤੁਸੀਂ ਕੋਈ ਨਜ਼ਦੀਕੀ ਕੁਆਲੀਫਾਈਡ ਵੈਦ ਹਕੀਮ ਜਾਂ ਡਾਕਟਰ ਚੂਜ਼ ਕਰੋ ਜਾਂ ਉਹਨੂੰ ਚੁਣੋ ਤੇ ਉਹਦੇ ਨਾਲ ਸਾਰੀ ਗੱਲ ਕਰਕੇ ਆਪਣੀ ਬਿਮਾਰੀ ਦਾ ਇਲਾਜ ਕਰਵਾਓ ਸਾਡੇ ਕੋਲ ਹਰ ਸਾਲ 8 ਤੋਂ 10 ਮਰੀਜ਼ ਐਸੇ ਜ਼ਰੂਰ ਆਉਂਦੇ ਆ ਜਿਹੜੇ ਇਹ ਸਾਨੂੰ ਦੱਸਦੇ ਆ ਕਿ ਉਹਨਾਂ ਨੇ ਸੈਕਸ ਪ੍ਰੋਬਲਮ ਲਈ ਇਹਨਾਂ ਵੈਦਕੀਮਾ ਕੋਲੋਂ ਜਾਂ ਜਿਹੜੇ ਕੋ ਅਨਕਵੈਲੀਫਾਈਡ ਡਾਕਟਰ ਹੈ ਇਹਨਾਂ ਕੋਲੋਂ ਦਵਾਈ ਖਾਦੀ ਸੀ ਜਿਨ੍ਹਾਂ ਨਾਲ ਉਹਨਾਂ ਦੇ ਗੁਰਦੇ ਜਾਂ ਉਹਨਾਂ ਦੇ ਜਿਹੜੇ ਲੀਵਰ ਹੈ ਉਹਨਾਂ ਨੂੰ ਡੈਮੇਜ ਹੋਣਾ ਸ਼ੁਰੂ ਹੋ ਗਿਆ ਜਾਂ ਉਹਨੂੰ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਅਤੇ ਉਹਨਾਂ ਨੂੰ ਫਿਰ ਆਪਣੀ ਮੇਨ ਬਿਮਾਰੀ ਛੱਡ ਕੇ ਇਸ ਚੀਜ਼ ਦਾ ਇਲਾਜ ਕਰਾਉਣਾ ਪੈਂਦਾ ਔਰ ਦੂਸਰੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਹੋਲ ਗਲਤ ਧਰਨਾ ਇਹ ਆ ਕਿ ਜਿਹੜੀ ਜੜੀ ਬੂਟੀਆਂ ਆ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਇਹ ਗੱਲ ਬਿਲਕੁਲ ਗਲਤ ਹੈ ਤੁਸੀਂ ਜ਼ਰੂਰ ਤੋਂ ਜ਼ਿਆਦਾ ਖਾਣਾ ਖਾ ਕੇ ਦੇਖ ਲਓ ਤੁਹਾਨੂੰ ਉਹਨਾਂ ਵੀ ਫੂਡ ਪੌਇਜ਼ਨਿੰਗ ਹੋ ਜਾਏਗੀ ਇਸ ਕਰਕੇ ਜਦੋਂ ਜੜੀ ਬੂਟੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਪ੍ਰਕਿਊਰ ਕੀਤੀਆਂ ਜਾਂਦੀਆਂ ਖੇਤਾਂ ਦੇ ਵਿੱਚੋਂ ਤੇ ਉਹਨਾਂ ਉੱਤੇ ਇਨਸੈਕਟੀਸਾਈਡ ਪੈਸਟੀਸਾਈਡ ਫੰਗਸ ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਹੁੰਦਾ ਹੈ ਉਹਨਾਂ ਜੜੀ ਬੂਟੀਆਂ ਦਾ ਪਹਿਲਾਂ ਸ਼ੋਧਨ ਤੇ ਫਿਰ ਮਾਰਨ ਕੀਤਾ ਜਾਂਦਾ ਹੈ ਸ਼ੋਧਨ ਦਾ ਮਤਲਬ ਉਹਨਾਂ ਨੂੰ ਸਾਫ਼ ਕੀਤਾ ਜਾਂਦਾ ਮਾਰਨ ਦਾ ਮਤਲਬ ਉਹਨਾਂ 'ਚ ਜਿਹੜੇ ਟੌਕਸਿਕ ਇਫੈਕਟ ਹੈਗੇ ਆ ਉਹਨਾਂ ਨੂੰ ਜਿਹੜੇ ਉਹਨਾਂ ਦੇ ਜ਼ਹਿਰੀਲਾ ਅੰਸ਼ ਹੈਗਾ ਉਹਨੂੰ ਕੱਢਿਆ ਜਾਂਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜਿਸ ਨਾਲ ਤੁਹਾਨੂੰ ਇਹ ਚੀ ਤੁਸੀਂ ਆਪਣੇ ਸੈਲਡ ਦੇ ਵਿੱਚ ਜਾਂ ਸਲਾਦ ਦੇ ਵਿੱਚ ਖੀਰੇ ਦਾ ਇਸਤੇਮਾਲ ਕਰਦੇ ਆ ਤੁਸੀਂ ਜਦੋਂ ਖੀਰਾ ਲੈਣੇ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰਦੇ ਆ ਸਾਫ਼ ਕਰਦੇ ਆ ਉਹ ਦਾ ਸ਼ੋਧਨ ਹੈ ਉਸ ਤੋਂ ਬਾਅਦ ਤੁਸੀਂ ਉਹਦੇ ਸਿਰਾ ਕੱਟ ਕੇ ਉਹਦੇ ਤੇ ਨਮਕ ਲਗਾ ਕੇ ਉਹਨੂੰ achi tarah se ਰਗ ਕਰਦੇ ਆ ਰਗ ਕਰਨ ਤੋਂ ਬਾਅਦ ਉੱਥੇ ਝੱਗ ਨਿਕਲਦੀ ਆ ਫਿਰ ਉਸ ਜਿਹੜਾ ਖੀਰਾ ਆ ਉਹਦੀ ਕੜੱਤਨ ਔਰ ਉਹਦਾ ਕਸਹਿਲਾਪਾਂ ਜਿਹੜਾ ਉਹ ਖਤਮ ਹੋ ਜਾਂਦਾ ਯਾਨੀ ਕਿ ਉਹਦਾ ਟੌਕਸਿਕ ਇਫੈਕਟ ਹੈ ਉਹ ਨਿਕਲ ਜਾਂਦਾ ਤਾਂ ਫਿਰ ਉਹ ਤੁਹਾਡੇ ਇਸਤੇਮਾਲ ਕਰਨ ਦੇ ਕਾਬਿਲ ਹੋ ਜਾਂਦਾ ਹੈ ਇਸੇ ਤਰ੍ਹਾਂ ਜਿੰਨੀਆਂ ਵੀ ਜੜੀ ਬੂਟੀਆਂ ਹਨ ਉਹਨਾਂ ਚੋਂ ਬਹੁਤ ساری ਜੜੀ ਬੂਟੀਆਂ ਐਸੀਆਂ ਆ ਜਿਨ੍ਹਾਂ ਦਾ ਸ਼ੋਧਨ ਤੇ ਮਾਰਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆ ਮਗਰ ਆਮ ਤੌਰ ਤੇ ਜਿਹੜੇ ਇਹ ਵੈਦ ਹਕੀਮ ਹੁੰਦੇ ਆ ਜਿਹੜੇ アンਕੁਆਲੀਫਾਈਡ ਪੀਪਲ ਹੁੰਦੇ ਆ ਇਹ ਉਹਨਾਂ ਦਾ ਸ਼ੋਧਨ ਤੇ ਮਾਰਨ ਨਹੀਂ ਕਰਦੇ ਉਹਨਾਂ ਨੂੰ ਐਜ਼ ਇਟ ਇਜ਼ ਡਿਸਪੈਂਸ ਕਰ ਦਿੰਦੇ ਆ ਜਿਹਦੇ ਨਾਲ ਉਹਨ ਤੁਹਾਡੇ ਗੁਰਦਿਆਂ ਉੱਤੇ ਜਾਂ ਤੁਹਾਡੇ ਲੀਵਰ ਦੇ ਉੱਤੇ ਸਾਈਡ ਇਫੈਕਟ ਹੋ ਸਕਦਾ ਹੈ ਇਸ ਕਰਕੇ ਮੇਰੀ ਇਹ ਰਿਕਵੈਸਟ ਆ ਕਿ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਜੇ ਤੁਸੀਂ ਆਪਣੇ ਨਜ਼ਦੀਕੀ ਕਿਸੇ ਵੀ ਕੁਆਲੀਫਾਈਡ ਵੈਦ ਹਕੀਮ ਜਾਂ ਡਾਕਟਰ ਨੂੰ ਮਿਲੋ ਮਿਲਣ ਤੋਂ ਬਾਅਦ ਉਹਨਾਂ ਸਾਰੀ ਚੀਜ਼ ਡਿਸਕਸ ਕਰੋ ਜਿੱਦਾਂ ਬਾਕੀ ਅੰਗਾਂ ਦਾ ਇਲਾਜ ਜਿਹੜਾ ਬੜੀ ਆਸਾਨੀ ਨਾਲ ਔਰ ਬੜੀ ਕਾਮਯਾਬੀ ਨਾਲ ਕੀਤਾ ਜਾ ਸਕਦਾ ਉਸੇ ਤਰ੍ਹਾਂ ਸੈਕਸ ਦੇ ਨਾਲ ਰਿਲੇਟਡ ਪ੍ਰੋਬਲਮਾਂ ਦਾ ਇਲਾਜ ਵੀ ਬਹੁਤ ਹੀ ਆਸਾਨੀ ਨਾਲ ਤੇ ਬੜੀ ਕਾਮਯਾਬੀ ਨਾਲ ਕੀਤਾ ਜਾ ਸਕਦਾ ਹੈ ਅੱਜ ਦੀ ਡੇਟ ਦੇ ਵਿੱਚ ਇਹ ਕੋਈ ਲਾ ਇਲਾਜ ਬਿਮਾਰੀਆਂ ਨਹੀਂ ਹਨ ਇਹ ਆਮ ਬਿਮਾਰੀਆਂ ਹਨ ਤੋਂ ਇੱਥੇ ਮੇਰੀ ਤੁਹਾਨੂੰ ਇਹੀ ਸੁਜੈਸ਼ਨ ਹੈ ਕਿ ਅਗਰ ਤੁਹਾਨੂੰ ਕੋਈ ਪ੍ਰੋਬਲਮ ਇਦਾਂ ਦੀ ਹੋ ਗਈ ਹੈ ਤੇ ਤੁਸੀਂ ਉਹਦੇ ਵਾਸਤੇ ਵਰੀ ਨਾ ਕਰੋ ਉਹਦੇ ਵਾਸਤੇ ਕੋ ਮਾਨਸਿਕ ਤੌਰ ਤੇ ਜਿਆਦਾ ਪਰੇਸ਼ਾਨ ਹੋਣ ਦੀ ਜਰੂਰਤ ਨਹੀਂ ਹੈ ਉਹਨੂੰ ਡਿਸਕਸ ਕਰੋ ਔਰ ਉਹ ਬਿਮਾਰੀ ਠੀਕ ਹੋ ਜਾਏਗੀ ਇਸ ਕਰਕੇ ਟੇਕ ਹੋਮ ਮੈਸੇਜ ਇਹ ਹੀ ਆ ਕਿ ਪਲੀਜ਼ ਅਗਰ ਕੋਈ ਬਿਮਾਰੀ ਐਸੀ ਹੈ ਜਿਹੜੀ ਸੈਕਸ ਨਾਲ ਰਿਲੇਟਡ ਹੈ ਔਰ ਤੁਹਾਨੂੰ ਉਹ ਲੱਗਦਾ ਕਿ ਇਹ ਠੀਕ ਨਹੀਂ ਹੋ ਸਕਦੀ ਇਹ ਤੁਹਾਡੀ ਇੱਕ ਬਹੁਤ ਬੜੀ ਮਿਥ ਹੈ ਤੁਸੀਂ ਕਿਸੇ ਵੀ ਆਪਣੇ ਨਜ਼ਦੀਕੀ ਡਾਕਟਰ ਮਿਲ ਸਕਦੇ ਆਂ ਅਗਰ ਤੁਸੀਂ ਚਾਹੋ ਤੇ ਮੇਰੇ ਕੋਲੋਂ ਵੀ उस बारे पूरी सलाह ले सीनों मिल के उसका इलाज करवा सकते हैं धन्यवाद जय हिंद जय भारत सत श्रीकाल सर्वे संतु निराय